ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 30ਵੇਂ ਵਿੱਚ ਅੱਜ ਆਪਾਂ ਮਾਤਾ ਗੰਗਾ ਜੀ ਦਾ ਡਰੋਲੀ ਪੁੱਜਣ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਗੁਰੂ ਜੀ ਇਕਾਂਤ ਵਿੱਚ ਬੈਠੇ ਸਨ ਕਿ ਉਹਨਾਂ ਦੇ ਮਹਿਲ ਮਾਤਾ ਦਮੋਦਰੀ ਜੀ ਉਹਨਾਂ ਦੇ ਪਾਸ ਆ ਕੇ ਬੈਠ ਗਏ। ਗੁਰੂ ਜੀ ਨੇ ਉਹਨਾਂ ਦੀ ਭੈਣ ਬੀਬੀ ਰਾਮੋ ਦੇ ਸਾਰੇ ਪ੍ਰਸੰਗ ਨੂੰ ਸੁਣਾ ਦਿੱਤਾ। ਭਾਈ ਸਾਈਂਦਾਸ ਨੇ ਨਵਾਂ ਘਰ ਬਣਾਇਆ ਹੈ, ਸੁੰਦਰ ਬਣਿਆ ਵੇਖ ਕੇ ਹਿਰਦੇ ਵਿੱਚ ਇਹ ਪ੍ਰਣ ਕੀਤਾ ਹੈ, ਪਹਿਲਾਂ ਤੁਹਾਡੇ ਸਹਿਤ ਮੈਨੂੰ ਉੱਥੇ ਵਸਾਉਣਾ ਚਾਹੁੰਦੇ ਹਨ, ਇਸ ਕਰਕੇ ਉਹ ਇੱਥੇ ਨਹੀਂ ਆਏ ਹਨ। ਦੰਪਤੀ ਚਾਤ੍ਰਿਕ ਵਾਂਗ ਸਿਮਰਨ ਕਰਦੇ ਹਨ, ਰਾਤ ਦਿਨ ਕਿਸੇ ਸਮੇਂ ਵੀ ਵਿਸਾਰਦੇ ਨਹੀਂ ਹਨ। ਆਪਣੀ ਸਲਾਹ ਦਿਓ ਕਿ ਕਿਸ ਤਰ੍ਹਾਂ ਚੱਲੀਏ, ਉਹਨਾਂ ਨੂੰ ਮਿਲੀਏ ਅਤੇ ਵਿਛੋੜੇ ਦੇ ਦੁੱਖ ਨੂੰ ਦੂਰ ਕਰੀਏ। ਜਦ ਮਾਤਾ ਦਮੋਦਰੀ ਜੀ ਨੇ ਆਪਣੀ ਭੈਣ ਦੇ ਪ੍ਰਸੰਗ ਨੂੰ ਸੁਣਿਆ ਤਾਂ ਬੜੇ ਉਤਸ਼ਾਹ ਨਾਲ ਭਰ ਕੇ ਬੇਨਤੀ ਕੀਤੀ, ਤੁਸੀਂ ਤਾਂ ਮਨ ਇੱਛਿਤ ਗੱਲ ਸੁਣਾਈ ਹੈ, ਸਾਈਂਦਾਸ ਜੀ ਭੈਣ ਜੀ ਦੇ ਮਾਲਕ ਹਨ, ਜੇ ਉਹਨਾਂ ਨੇ ਇਸ ਤਰ੍ਹਾਂ ਕਾਮਨਾ ਕੀਤੀ ਹੈ, ਜੇ ਦੋਵੇਂ ਦੀਨ ਬਣ ਕੇ ਯਾਦ ਕਰਦੇ ਹਨ, ਤੁਹਾਡਾ ਧਰਮ ਵੀ ਪ੍ਰੇਮ ਵਸ ਹੈ ਅਤੇ ਤੁਸੀਂ ਸਦਾ ਆਪਣੇ ਦਾਸਾਂ ਨੂੰ ਪ੍ਰੇਮ ਕਰਦੇ ਹੋ, ਫਿਰ ਉਹਨਾਂ ਨਾਲ ਸਾਡਾ ਸੰਬੰਧ ਵੀ ਐਸਾ ਹੈ। ਹੇ ਮੇਰੇ ਮਾਲਕ, ਤੁਰੰਤ ਚੱਲ ਕੇ ਉਹਨਾਂ ਨੂੰ ਮਿਲੋ, ਉਹਨਾਂ ਤੋਂ ਵਿਛੜਿਆਂ ਨੂੰ ਬਹੁਤ ਸਮਾਂ ਬੀਤ ਗਿਆ ਹੈ, ਉਹਨਾਂ ਨੂੰ ਵੇਖਣ ਲਈ ਬੜਾ ਚਿੱਤ ਚਾਹੁੰਦਾ ਹੈ। ਗੁਰੂ ਜੀ ਨੇ ਕਿਹਾ, ਹੁਣ ਤਿਆਰੀ ਕਰੋ, ਕਿਸੇ ਦੇਰ ਤੋਂ ਬਗੈਰ ਡਰੋਲੀ ਨੂੰ ਚੱਲੋ। ਮੇਰਾ ਮਨ ਰਾਤ ਦਿਨ ਪੀੜ ਕਰਦਾ ਹੈ ਜਦੋਂ ਮੈਂ ਉਹਨਾਂ ਦੇ ਇੰਨੇ ਗੂੜੇ ਪ੍ਰੇਮ ਨੂੰ ਜਾਣਦਾ ਹਾਂ। ਮੇਰੇ ਪਾਸੋਂ ਕਿਸੇ ਤਰ੍ਹਾਂ ਵੀ ਰਿਹਾ ਨਹੀਂ ਜਾਂਦਾ, ਜਿਵੇਂ ਰੇਤੇ ਦੇ ਬੰਨ ਨਾਲ ਜਲ ਨਹੀਂ ਰੋਕ ਸਕਦਾ। ਗੁਰੂ ਜੀ ਇਸ ਤਰ੍ਹਾਂ ਕਹਿ ਕੇ ਮਾਤਾ ਜੀ ਦੇ ਪਾਸ ਆਏ। ਦੋਵਾਂ ਪਾਸਿਆਂ ਦੇ ਭਾਵ ਸ਼੍ਰੀ ਨਾਨਕ ਮਤੇ ਅਤੇ ਡਰੋਲੀ ਦੋਹਾਂ ਦੇ ਪ੍ਰਸੰਗ ਸੁਣਾਏ। ਮੇਰਾ ਨਾਨਕ ਮਤੇ ਵੀ ਜਾਣਾ ਬਹੁਤ ਜ਼ਰੂਰੀ ਹੈ, ਉੱਥੇ ਇੱਕ ਸਾਧੂ ਬਹੁਤ ਪ੍ਰੇਮ ਕਰ ਰਿਹਾ ਹੈ, ਕੰਨ ਪਾਟੇ ਜੋਗੀ ਉਸ ਨਾਲ ਝਗੜਦੇ ਹਨ, ਇਕੱਲੇ ਇੱਕ ਸਿੱਖ ਨੂੰ ਉਹਨਾਂ ਨੇ ਦੀਨ ਬਣਾਇਆ ਹੋਇਆ ਹੈ, ਸਤਿਗੁਰ ਨਾਨਕ ਦੇਵ ਜੀ ਦੇ ਸਥਾਨ ਨੂੰ ਵਿਗਾੜ ਦਿੱਤਾ ਹੈ, ਦਿਲ ਵਿੱਚ ਸਾਡਾ ਡਰ ਨਹੀਂ ਮੰਨਿਆ ਹੈ, ਉੱਥੇ ਜਾ ਕੇ ਉਸ ਸਾਧੂ ਦੀ ਸਹਾਇਤਾ ਕਰਕੇ ਉਹ ਸਦਾਨ ਛੁਡਵਾਵਾਂਗਾ, ਕਿਸੇ ਦੇਰ ਤੋਂ ਬਗੈਰ ਉੱਥੇ ਜਾਵਾਂਗਾ। ਦੂਸਰਾ ਪ੍ਰਸੰਗ ਡਰੋਲੀ ਦਾ ਹੈ, ਉੱਥੇ ਤੁਹਾਡੀ ਨੌਂਹ ਦੀ ਭੈਣ ਰਹਿੰਦੀ ਹੈ, ਉਹ ਪਤੀ ਸਮੇਤ ਮੈਨੂੰ ਆਪਣੇ ਘਰ ਵਿੱਚ ਲੈ ਜਾਣਾ ਚਾਹੁੰਦੇ ਹਨ, ਸਾਡੇ ਵਾਸਤੇ ਉਹਨਾਂ ਨੇ ਨਵੇਂ ਘਰ ਦੀ ਉਸਾਰੀ ਕੀਤੀ ਹੈ, ਉਸ ਘਰ ਵਿੱਚ ਤਦ ਤੱਕ ਆਪ ਪ੍ਰਵੇਸ਼ ਨਹੀਂ ਕਰਨਗੇ ਜਦ ਤੱਕ ਪਹਿਲਾਂ ਜਾ ਕੇ ਅਸੀਂ ਉਸ ਵਿੱਚ ਨਿਵਾਸ ਨਹੀਂ ਕਰਦੇ ਹਾਂ, ਬਾਅਦ ਵਿੱਚ ਉਸ ਵਿੱਚ ਆਪ ਰਹਿਣਾ ਚਾਹੁੰਦੇ ਹਨ, ਰਾਤ ਦਿਨ ਮਨ ਵਿੱਚ ਮੇਰਾ ਸਿਮਰਨ ਕਰਦੇ ਰਹਿੰਦੇ ਹਨ। ਮਾਤਾ ਗੰਗਾ ਜੀ ਨੇ ਆਪਣੇ ਸਪੁੱਤਰ ਦੀ ਗੱਲ ਸੁਣ ਕੇ ਕਿਹਾ, ਤੁਹਾਡਾ ਪੂਰਬ ਵਿੱਚ ਸ਼੍ਰੀ ਨਾਨਕ ਮਤੇ ਵਾਲਾ ਪੈਂਡਾ ਬਹੁਤ ਲੰਮਾ ਹੈ,
ਤੁਸੀਂ ਉੱਥੇ ਜ਼ਰੂਰ ਜਾਣਾ ਚਾਹੁੰਦੇ ਹੋ, ਫਿਰ ਪਰਿਵਾਰ ਸਹਿਤ ਡਰੋਲੀ ਜਾਣਾ ਚਾਹੁੰਦੇ ਹੋ, ਉੱਥੇ ਵੀ ਪ੍ਰੇਮ ਨੂੰ ਸੰਭਾਲਣਾ ਚਾਹੁੰਦੇ ਹੋ, ਤੁਸੀਂ ਸਮਰੱਥ ਹੋ, ਜਿਵੇਂ ਚੰਗਾ ਲੱਗਦਾ ਹੈ ਉਸ ਤਰ੍ਹਾਂ ਕਰੋ, ਜਿਸ ਕਰਨ ਤੋਂ ਬਗੈਰ ਬਣ ਨਹੀਂ ਆਉਂਦੀ ਹੈ। ਮਾਤਾ ਗੰਗਾ ਜੀ ਪਾਸੋਂ ਗੁਰੂ ਜੀ ਨੇ ਸੁਣ ਕੇ ਇਸ ਤਰ੍ਹਾਂ ਕਿਹਾ, ਅਸੀਂ ਇਸ ਤਰ੍ਹਾਂ ਹਿਰਦੇ ਵਿੱਚ ਵਿਚਾਰ ਕੀਤੀ ਹੈ, ਆਪਣੀਆਂ ਦੋਹਾਂ ਨੋਹਾਂ ਨੂੰ ਨਾਲ ਲੈ ਲਓ ਅਤੇ ਤੁਸੀਂ ਡਰੋਲੀ ਪਿੰਡ ਨੂੰ ਚਲੇ ਜਾਓ। ਸਾਈਂ ਦਾਸ ਨੂੰ ਚੱਲ ਕੇ ਧੀਰਜ ਦਿਓ, ਉਹਨਾਂ ਦੇ ਘਰ ਵਿੱਚ ਮਿਲ ਕੇ ਰਹੋ, ਸਾਰੀਆਂ ਦਾਸ ਦਾਸੀਆਂ ਨੂੰ ਆਪਣੇ ਨਾਲ ਲੈ ਲਵੋ, 25 ਦੇ ਕਰੀਬ ਘੋੜ ਸਵਾਰ ਸੂਰਮੇ ਲੈ ਲਵੋ, ਗੜ ਬਹਿਲਾਂ ਅਤੇ ਛੱਕੜਿਆਂ ਵਿੱਚ ਸਾਰਾ ਭਾਰ ਧਰ ਲਵੋ, ਹੌਲੀ ਹੌਲੀ ਰਾਹੇ ਰਾਹ ਚੱਲਦੇ ਜਾਵੋ, ਸਭ ਦੀ ਸੰਭਾਲ ਕਰਕੇ ਸੁੱਖ ਨਾਲ ਵਸੋ ਅਤੇ ਸਾਡੇ ਆਉਣ ਦਾ ਇੰਤਜ਼ਾਰ ਕਰੋ। ਕੁਝ ਦਿਨਾਂ ਬਾਅਦ ਅਸੀਂ ਚੱਲ ਕੇ ਆ ਜਾਵਾਂਗੇ, ਡਰੋਲੀ ਆ ਕੇ ਮਿਲ ਕੇ ਆਨੰਦ ਪਾਵਾਂਗੇ। ਇੰਜ ਮਾਤਾ ਜੀ ਨਾਲ ਸਲਾਹ ਕਰਕੇ ਗੁਰੂ ਜੀ ਨਿਕਲ ਕੇ ਸਭਾ ਵਿੱਚ ਆ ਗਏ। ਬਾਬਾ ਬੁੱਢਾ ਜੀ ਸਮੇਤ ਸਾਰੇ ਮਸੰਦਾਂ ਨਾਲ ਚੱਲਣ ਦਾ ਸਾਰਾ ਪ੍ਰਸੰਗ ਸੁਣਾਇਆ। ਕਹਿਣ ਲੱਗੇ, ਸਾਡਾ ਜਾਣਾ ਬੜਾ ਜ਼ਰੂਰੀ ਹੋ ਗਿਆ ਹੈ, ਨਿਰਣਾ ਕਰਕੇ ਚਿੱਤ ਵਿੱਚ ਵਿਚਾਰ ਲਵੋ। ਵਿਛੋੜਾ ਹੋਣ 'ਤੇ ਸਾਰੇ ਵਿਆਕੁਲ ਹੋ ਗਏ, ਸਾਰਿਆਂ ਨੇ ਆਪਣੇ ਆਪਣੇ ਹਿੱਤ ਦੀਆਂ ਗੱਲਾਂ ਕੀਤੀਆਂ। ਸਾਰਿਆਂ ਨੂੰ ਬਹੁਤ ਧੀਰਜ ਦੇ ਕੇ ਮਾਤਾ ਗੰਗਾ ਜੀ ਨੇ ਉਸੇ ਵੇਲੇ ਤਿਆਰੀ ਸ਼ੁਰੂ ਕਰ ਦਿੱਤੀ। ਸਾਰੇ ਨਗਰ ਦੀਆਂ ਇਸਤਰੀਆਂ ਸੁਣ ਕੇ ਆਈਆਂ, ਭੇਟਾਵਾਂ ਅਰਪਣ ਕਰਕੇ ਉਹਨਾਂ ਨੇ ਬੇਨਤੀ ਕੀਤੀ, ਛੇਤੀ ਵਾਪਸ ਆ ਕੇ ਆਪਣੇ ਨਗਰ ਦੀ ਖਬਰ ਲਵੋ ਅਤੇ ਆ ਕੇ ਸਾਨੂੰ ਦਰਸ਼ਨ ਦਿਓ। ਤੁਹਾਡੇ ਕਰਕੇ ਅਸੀਂ ਸਾਰੇ ਮਾਲਕ ਵਾਲੇ ਹਾਂ, ਅਸੀਂ ਇੱਕੋ ਆਸਰਾ ਗੁਰੂ ਜੀ ਦਾ ਧਰਿਆ ਹੋਇਆ ਹੈ, ਤੁਹਾਡੇ ਬਗੈਰ ਸਾਡਾ ਕੌਣ ਰਖਵਾਲਾ ਹੈ, ਇਸ ਕਰਕੇ ਬਾਹਰ ਬਹੁਤ ਦਿਨ ਨਾ ਲਾਇਓ। ਇਹ ਸੁਣ ਮਾਤਾ ਗੰਗਾ ਜੀ ਨੇ ਸਾਰਿਆਂ ਨੂੰ ਧੀਰਜ ਦਿੱਤਾ, ਨਗਰ ਦੇ ਰਖਵਾਲੇ ਸਦਾ ਗੁਰੂ ਜੀ ਨੂੰ ਸਮਝੋ, ਸ਼੍ਰੀ ਹਰਿਮੰਦਰ ਸਾਹਿਬ ਦੀ ਸਦਾ ਆਰਾਧਨਾ ਕਰਨਾ, ਉਸ ਵਿੱਚ ਗੁਰੂ ਜੀ ਦੀ ਜੋਤ ਜਗਦੀ ਹੈ। ਇਹ ਸੁਣ ਕੇ ਵੰਦਨਾ ਕਰਕੇ ਅਤੇ ਦਰਸ਼ਨ ਪਾ ਕੇ ਸ਼ਹਿਰ ਦੀਆਂ ਸਾਰੀਆਂ ਇਸਤਰੀਆਂ ਨਗਰ ਨੂੰ ਚਲੇ ਗਈਆਂ। ਮਾਤਾ ਗੰਗਾ ਜੀ ਨੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਦਰਸ਼ਨੀ ਡਿਉੜੀ 'ਤੇ ਜਾ ਕੇ ਵੰਦਨਾ ਕੀਤੀ, ਫਿਰ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਜਾ ਕੇ ਖੜ੍ਹੇ ਹੋ ਗਏ, ਦੋਹਾਂ ਨੋਹਾਂ ਨੂੰ ਆਪਣੇ ਦੋਵੇਂ ਪਾਸੇ ਖੜ੍ਹੇ ਕਰ ਲਿਆ ਅਤੇ ਗੁਰੂ ਜੀ ਦਾ ਜ਼ਾਹਰਾ ਜੋਤ ਨੂੰ ਬੇਨਤੀ ਕੀਤੀ, ਸਾਡੇ ਘਰ ਅਤੇ ਬਾਹਰ ਕੁਸ਼ਲਤਾ ਬਖਸ਼ੋ, ਹੱਥ ਜੋੜ ਕੇ ਅਰਦਾਸ ਕਰਵਾਈ ਅਤੇ ਸੀਸ ਨਿਵਾ ਕੇ ਪਰਿਕਰਮਾ ਕੀਤੀਆਂ। ਫਿਰ ਬਾਹਰ ਨਿਕਲ ਕੇ ਸਰੋਵਰ ਦੇ ਚਾਰ ਚੁਫੇਰੇ ਪਰਿਕਰਮਾ ਕੀਤੀਆਂ ਅਤੇ ਬਾਰ ਬਾਰ ਹਰਿਮੰਦਰ ਸਾਹਿਬ ਨੂੰ ਵੇਖ ਕੇ ਵੰਦਨਾ ਕੀਤੀ। ਮਾਤਾ ਗੰਗਾ ਜੀ ਫਿਰ ਰਥ 'ਤੇ ਚੜ੍ਹ ਗਏ ਅਤੇ ਰਥਵਾਈ ਨੇ ਘੋੜਿਆਂ ਨੂੰ ਰਸਤੇ ਪੈਣ ਲਈ ਹਿੱਕਿਆ। ਦੋਵੇਂ ਨੋਹਾਂ ਡੋਲੀਆਂ ਵਿੱਚ ਬੈਠ ਗਈਆਂ ਅਤੇ ਉਸੇ ਵੇਲੇ ਦੱਖਣ ਵਾਲੇ ਪਾਸੇ ਚੱਲ ਪਏ। ਸਾਰੀਆਂ ਦਾਸੀਆਂ ਗੜਬਹਿਲਾਂ ਵਿੱਚ ਚੜ੍ਹ ਗਈਆਂ, ਊਂਠ ਭਾਰ ਚੁੱਕ ਕੇ ਨਾਲ ਨਾਲ ਚੱਲ ਪਏ। ਸੂਰਮੇ ਘੋੜਿਆਂ ਉੱਤੇ ਸਵਾਰ ਹੋ ਗਏ, ਰਖਵਾਲੀ ਵਾਸਤੇ ਉਹਨਾਂ ਨੇ ਸ਼ਸਤਰ ਧਾਰਨ ਕੀਤੇ ਹੋਏ ਸਨ। ਸਾਰੇ ਸਿੱਖ ਸੇਵਕ ਨਾਲ ਚੱਲ ਪਏ, ਸੇਵਾ ਕਰਨ ਲਈ ਉਹਨਾਂ ਦਾ ਅੰਗ ਅੰਗ ਪ੍ਰਸੰਨ ਚਿੱਤ ਸੀ। ਹੌਲੀ ਹੌਲੀ ਪੈਂਡਾ ਮੁਕਾਇਆ ਅਤੇ ਤਰਨ ਤਾਰਨ ਸਾਹਿਬ ਦੇ ਤੀਰਥ ਨੂੰ ਜਾ ਕੇ ਵੇਖਿਆ। ਪਹਿਲਾਂ ਇੱਕ ਰਾਤ ਉੱਥੇ ਵਿਸ਼ਰਾਮ ਕਰਕੇ ਫਿਰ ਸਵੇਰੇ ਸਵਖਤੇ ਉੱਠ ਕੇ ਗੁਰੂ ਜੀ ਦਾ ਨਾਮ ਸਿਮਰ ਕੇ ਅਤੇ ਸਰੋਵਰ ਦੀਆਂ ਪਰਿਕਰਮਾ ਕਰਕੇ ਇਸ਼ਨਾਨ ਕੀਤਾ ਅਤੇ ਹੱਥ ਜੋੜ ਕੇ ਵੰਦਨਾ ਕੀਤੀ। ਰਾਹੇ ਰਾਹ ਚੱਲ ਕੇ ਅੱਗੇ ਚਲੇ ਗਏ। ਹੌਲੀ ਹੌਲੀ ਇਸ ਤਰ੍ਹਾਂ ਚੱਲ ਕੇ ਕਈ ਦਿਨਾਂ ਬਾਅਦ ਡਰੋਲੀ ਪਹੁੰਚ ਗਏ। ਇੱਕ ਸਵਾਰ ਨੂੰ ਖਬਰ ਦੇਣ ਵਾਸਤੇ ਪਹਿਲਾਂ ਹੀ ਭੇਜ ਦਿੱਤਾ ਸੀ, ਉਹ ਸਵਾਰ ਜਾ ਕੇ ਸਾਈਂ ਦਾਸ ਨੂੰ ਮਿਲਿਆ
ਤੇ ਉਹਨਾਂ ਨੂੰ ਸਾਰਾ ਪ੍ਰਸੰਗ ਸੁਣਾਇਆ। ਜਿਵੇਂ ਦਰਖਤ ਕੁਮਲਾ ਰਿਹਾ ਹੋਵੇ ਤੇ ਪਾਣੀ ਮਿਲਣ ਨਾਲ ਪੱਤਿਆਂ ਸਮੇਤ ਫਿਰ ਹਰਿਆ ਹੋ ਜਾਵੇ, ਜਿਵੇਂ ਸਰੋਵਰ ਵਿੱਚ ਥੋੜ੍ਹਾ ਜਲ ਰਹਿਣ ਨਾਲ ਮੱਛੀਆਂ ਤੜਫ ਰਹੀਆਂ ਹੋਣ ਤੇ ਕਾਲੀਆਂ ਘਟਾਵਾਂ ਬਹੁਤ ਵਰਖਾ ਕੀਤੀ ਹੋਵੇ। ਇਸ ਤਰ੍ਹਾਂ ਸੁਣ ਕੇ ਬਹੁਤ ਪ੍ਰਸੰਨ ਹੋਇਆ, ਜਿਵੇਂ ਬੱਦਲਾਂ ਦੀ ਗਰਜ ਸੁਣ ਕੇ ਮੋਰ ਨੱਚ ਉੱਠਦਾ ਹੈ। ਸਾਈਂ ਦਾਸ ਨੇ ਸਾਰਾ ਕੁਝ ਜਾ ਕੇ ਆਪਣੀ ਪਤਨੀ ਨੂੰ ਸੁਣਾਇਆ। ਗੁਰੂ ਜੀ ਦੇ ਮਾਤਾ ਗੰਗਾ ਜੀ ਚੱਲ ਕੇ ਆਏ ਹਨ, ਉਹਨਾਂ ਦੇ ਨਾਲ ਉਹਨਾਂ ਦੀਆਂ ਦੋਵੇਂ ਨੋਹਾਂ ਵੀ ਮਿਲਣ ਆਈਆਂ ਹਨ, ਬੜੀ ਕਿਰਪਾ ਕੀਤੀ ਹੈ, ਸਾਡੇ ਘਰ ਆ ਰਹੇ ਹਨ। ਫਿਰ ਆਪਣੇ ਪਤੀ ਪਾਸੋਂ ਪੁੱਛਣ ਲੱਗੇ, ਸਵਾਮੀ ਸਤਿਗੁਰੂ ਜੀ ਨਾਲ ਹਨ ਕਿ ਨਹੀਂ? ਸਾਈਂ ਦਾਸ ਨੇ ਕਿਹਾ, ਹੇ ਪਿਆਰੀ ਸੁਣੋ, ਗੁਰੂ ਜੀ ਸਾਡੀ ਆਸ ਪੂਰੀ ਕਰਨਗੇ, ਉਹ ਕਿਉਂ ਸਾਡੇ ਪਾਸ ਆ ਕੇ ਦਰਸ਼ਨ ਨਹੀਂ ਦੇਣਗੇ? ਹੁਣ ਸਤਿਗੁਰੂ ਜੀ ਨਾਨਕ ਮਤੇ ਗਏ ਹਨ, ਸਾਡੇ ਵਾਂਗ ਹੀ ਉੱਥੇ ਕਿਸੇ ਨੇ ਉਹਨਾਂ ਨੂੰ ਯਾਦ ਕੀਤਾ ਹੈ, ਪ੍ਰੇਮ ਵੱਸ ਹੋ ਕੇ ਫਿਰ ਉਹਨਾਂ ਪਾਸੋਂ ਰਿਹਾ ਨਹੀਂ ਜਾਂਦਾ, ਰੱਖਿਆ ਵਾਸਤੇ ਉਸ ਪ੍ਰੇਮੀ ਦੇ ਪਾਸ ਗਏ ਹਨ। ਜਦ ਪ੍ਰੇਮ ਧਾਰ ਕੇ ਵਾਪਸ ਆਉਣਗੇ ਤਾਂ ਸਾਨੂੰ ਵੀ ਦਰਸ਼ਨ ਦੇ ਕੇ ਨਿਹਾਲ ਕਰਨਗੇ। ਮੇਰਾ ਪ੍ਰਣ ਪੂਰਾ ਕਰਨਾ ਸਮਝ ਲਿਆ ਹੈ, ਗੁਰੂ ਜੀ ਪੂਰਨ ਅੰਤਰਜਾਮੀ ਹਨ। ਹੁਣ ਤੁਸੀਂ ਛੇਤੀ ਨਾਲ ਉੱਠ ਕੇ ਮਾਤਾ ਗੰਗਾ ਜੀ ਨੂੰ ਸਨਮਾਨ ਸਹਿਤ ਲੈਣ ਵਾਸਤੇ ਅੱਗੇ ਜਾ ਕੇ ਮਿਲੋ, ਮੱਥਾ ਟੇਕ ਕੇ ਅਸੀਂ ਸਫਲ ਹੋਵਾਂਗੇ ਅਤੇ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਲਵਾਂਗੇ। ਤੁਰੰਤ ਥਾਲ ਪ੍ਰਸਾਦ ਨਾਲ ਭਰ ਲਿਆ ਅਤੇ ਦੋਵੇਂ ਪਤੀ ਪਤਨੀ ਬੜਾ ਆਨੰਦ ਧਾਰ ਕੇ ਚੱਲ ਪਏ, ਨੰਗੇ ਪੈਰੀ ਅੱਗੇ ਗਏ ਅਤੇ ਮਾਤਾ ਜੀ ਨੂੰ ਵੰਦਨਾ ਕਰਕੇ ਮਿਲੇ। ਦੋਹਾਂ ਨੇ ਮਾਤਾ ਗੰਗਾ ਜੀ ਦੇ ਚਰਨਾਂ 'ਤੇ ਸਿਰ ਰੱਖਿਆ। ਮਾਤਾ ਗੰਗਾ ਜੀ ਨੇ ਵੇਖ ਕੇ ਮੁੱਖ ਤੋਂ ਅਸੀਸ ਦਿੱਤੀ ਅਤੇ ਪੁੱਛਿਆ, ਸਭ ਤਰ੍ਹਾਂ ਨਾਲ ਕੁਸ਼ਲ ਆਨੰਦ ਹੈ? ਆਪ ਜੀ ਦੀ ਬਹੁਤ ਕਿਰਪਾ ਹੈ, ਉਹਨਾਂ ਨੇ ਉੱਤਰ ਦਿੱਤਾ। ਦਰਸ਼ਨ ਕਰਕੇ ਆਨੰਦ ਵੱਧ ਗਿਆ, ਜਿਵੇਂ ਚਕੋਰਾਂ ਨੇ ਪੂਰਨਮਾਸ਼ੀ ਦਾ ਚੰਦ ਵੇਖਿਆ ਹੋਵੇ। ਫਿਰ ਬੀਬੀ ਰਾਮੋ ਆਪਣੀ ਭੈਣ ਮਾਤਾ ਦਮੋਦਰੀ ਜੀ ਨੂੰ ਗਲੇ ਮਿਲ ਕੇ ਬਹੁਤ ਪ੍ਰਸੰਨ ਹੋਏ। ਜਦ ਬੀਬੀ ਰਾਮੋ ਪੈਰਾਂ 'ਤੇ ਵੰਦਨਾ ਕਰਨ ਲੱਗੇ ਤਾਂ ਮਾਤਾ ਦਮੋਦਰੀ ਜੀ ਨੇ ਵੇਖ ਕੇ ਰੋਕ ਦਿੱਤਾ ਅਤੇ ਕਿਹਾ, ਮੇਰੇ ਨਾਲੋਂ ਤੁਹਾਡੀ ਵੱਡੀ ਉਮਰ ਹੈ, ਤੁਹਾਡਾ ਮੈਨੂੰ ਨਮਸਕਾਰ ਕਰਨਾ ਉਚਿਤ ਨਹੀਂ ਹੈ। ਬੀਬੀ ਰਾਮੋ ਨੇ ਕਿਹਾ, ਤੂੰ ਵੱਡੇ ਭਾਗਾਂ ਵਾਲੀ ਹੈ, ਜਗਤ ਦੇ ਬੰਧਨਾ ਯੋਗ ਮਾਲਕ ਦੀ ਪਿਆਰੀ ਹੈ, ਇਹ ਧਰਤੀ ਤਾਂ ਕਿਤੇ ਰਹੀ, ਤੂੰ 14 ਲੋਕਾਂ ਦੇ ਬੰਧਨਾ ਦੇ ਯੋਗ ਹੈ। ਗੁਰੂ ਜੀ ਦੇ ਛੋਟੇ ਮਹਿਲ ਨੂੰ ਵੇਖ ਕੇ ਮਿਲ ਕੇ ਨਮਸਕਾਰ ਕਰਕੇ ਪੂਜਾ ਕੀਤੀ, ਬੜੀ ਖੁਸ਼ੀ ਵਧਾ ਕੇ ਗਲੇ ਮਿਲੇ। ਦੋਹਾਂ ਨੇ ਪੁੱਛਣ 'ਤੇ ਆਪਣੀ ਕੁਸ਼ਲਤਾ ਬਾਰੇ ਦੱਸਿਆ। ਇਸ ਤਰ੍ਹਾਂ ਨਾਲ ਲੈ ਕੇ ਸਨਮਾਨ ਕੀਤਾ ਅਤੇ ਬਹੁਤ ਆਨੰਦਮਈ ਹੋ ਕੇ ਆਪਣੇ ਘਰ ਆਏ। ਹੌਲੀ ਹੌਲੀ ਸਾਰਿਆਂ ਨੂੰ ਉਤਾਰਿਆ, ਸਾਰੀਆਂ ਗੱਡੀਆਂ ਨੂੰ ਇੱਕ ਟਿਕਾਣੇ 'ਤੇ ਖੜ੍ਹਾ ਕਰਵਾ ਦਿੱਤਾ। ਮਾਤਾ ਗੰਗਾ ਜੀ ਨੇ ਆਪਣੀਆਂ ਦੋਵਾਂ ਨੋਹਾਂ ਨੂੰ ਨਾਲ ਲਿਆ ਅਤੇ ਬੜੇ ਪ੍ਰਸੰਨ ਹੋ ਕੇ ਘਰ ਆਏ। ਜਿਹੜਾ ਨਵਾਂ ਮਕਾਨ ਸਤਿਗੁਰਾਂ ਵਾਸਤੇ ਰਾਖਵਾਂ ਰੱਖਿਆ ਸੀ, ਉਸ ਦੇ ਦਰਵਾਜ਼ੇ ਖੋਲ੍ਹ ਕੇ ਸਾਰਿਆਂ ਨੂੰ ਅੰਦਰ ਬਿਠਾ ਦਿੱਤਾ। ਯਥਾਯੋਗ ਸਭ ਦੀ ਸੇਵਾ ਕੀਤੀ, ਬਲਦਾਂ ਅਤੇ ਘੋੜਿਆਂ ਵਾਸਤੇ ਦਾਣੇ ਦਿੱਤੇ, ਮਨ ਭਾਉਂਦੇ ਘਾਹ ਬਾਰੇ ਦੱਸ ਦਿੱਤਾ, ਇਹ ਮੈਂ ਪਹਿਲਾਂ ਹੀ ਤਿਆਰ ਕਰਕੇ ਰੱਖਿਆ ਹੈ। ਬਹੁਤ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਗਏ ਅਤੇ ਪ੍ਰੇਮ ਸਹਿਤ ਥਾਲ ਪਰੋਸੇ, ਕੋਮਲ ਅਤੇ ਮਿੱਠੇ ਬਚਨ ਬੋਲ ਕੇ ਸਭ ਨੂੰ ਖਵਾਏ। ਸੇਵਾ ਕਰਕੇ ਸਾਰੇ ਬਹੁਤ ਹੀ ਪ੍ਰਸੰਨ ਹੋਏ। ਸੋ ਸਾਧ ਸੰਗਤ ਜੀ, ਇੱਥੇ ਪੰਜਵੀਂ ਰਾਸ ਦਾ 30ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।